ਜਦੋਂ ਤੱਕ ਤੁਸੀਂ ਕਿਨਾਰੇ ਨੂੰ ਨਹੀਂ ਛੱਡੋਗੇ ਉਦੋਂ ਤੱਕ ਤੁਸੀਂ ਸਮੁੰਦਰ ਪਾਰ ਨਹੀਂ ਕਰ ਸਕਦੇ। ਸਤਿਕਾਰਯੋਗ ਪ੍ਰਿੰਸੀਪਲ ਮੈਮ, ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਵੇਰ ਦੀ ਜੀ ਸਭਾ ਸਕੂਲੀ ਸਿੱਖਿਆ ਪ੍ਰਣਾਲੀ ਦਾ ਮਹੱਤਵਪੂਰਨ ਅੰਗ ਹੈ ਕਾ ਅਤੇ ਨਵੇਂ ਦਿਨ ਦਾ ਅਰਥ ਹੈ ਨਵੀਂ ਸ਼ੁਰੂਆਤ ਅਤੇ ਨਵੇਂ ਮੌਕੇ। ਇਸ ਲਈ ਆਓ ਖੁੱਲੇ ਹੱਥਾਂ ਨਾਲ ਨਵੇਂ ਦਿਨ ਦਾ ਸਵਾਗਤ ਕਰੀਏ। ਜਿਵੇਂ ਕਿ ਸਾਰੇ ਵਿਸ਼ਵ ਦੇ ਸਿਰਜਣਹਾਰ ਸਰਵ ਸ਼ਕਤੀਮਾਨ ਨੂੰ ਯਾਦ ਕੀਤੇ ਬਿਨਾਂ ਕੋਈ ਵੀ ਪ੍ਰੋਗਰਾਮ ਆਰੰਭ ਨਹੀਂ ਕੀਤਾ ਜਾ ਸਕਦਾ, ਇਸ ਲਈ ਮੈਂ ਪੰਜਵੀਂ ਏ ਜਮਾਤ ਦੇ ਵਿਦਿਆਰਥੀਆਂ ਅਵਨੀਤ ਕੌਰ ਤੇ ਰਾਜਵੀਰ ਸਿੰਘ ਨੂੰ ਅੱਜ ਦੇ ਸ਼ਬਦ ਲਈ ਬੁਲਾਉਣਾ ਚਾਹੁੰਦੀ ਹਾਂ। ਕਿਰਪਾ ਕਰਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥਿਰ ਕਰ ਵੈ ਸੋ ਹਰਜਨ ਪਿਆਰੇ, ਸਰ ਕਰ ਵੈ ਸੋ ਹਰਜਨ ਪਿਆਰੇ, ਸਤਿਗੁਰ ਤੁਮਾਰੇ ਕਾਜ ਸੁਆਰੇ, ਸਤਿਗੁਰ ਤੁਮਾਰੇ ਕਾਜ ਸੁਆਰੇ, ਦੁਖ ਦੂਤ ਪਰਮੇਸ਼ਰ ਮਾਰੇ, ਦੁਖ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰ ਤਾਰੇ, ਜਨ ਕੀ ਪੈਜ ਰਖੀ ਕਰ ਤਾਰੇ, ਥਿਰ ਕਰ ਵੈ ਸੋ ਹਰ ਜਨ ਪਿਆਰੇ, ਥਿਰ ਕਰ ਵੈ ਸੋ ਹਰ ਜਨ ਪਿਆਰੇ, ਸਤਿਗੁਰ ਤੁਮਾਰੇ ਕਾਜ ਸੁਆਰੇ, ਸਤਿਗੁਰ ਤੁਮਾਰੇ ਕਾਜ ਸੁਆਰੇ, ਬਾਦਸ਼ਾਹ ਸਭ ਵਸ ਕਰ ਦੀਨੇ, ਬਾਦਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਥਿਰ ਕਰ ਵੈ ਸੋ ਹਰ ਜਨ ਪਿਆਰੇ, ਥਿਰ ਕਰ ਵੈ ਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਨਿਰਭਉ ਹੋਏ ਜੋ ਭਗਵਾਨ, ਨਿਰਭਉ ਹੋਏ ਜੋ ਭਗਵਾਨ, ਸਾਧ ਸੰਗਤ ਮਿਲ ਕਿਨੋ ਦਾਨ, ਸਾਧ ਸੰਗਤ ਮਿਲ ਕਿਨੋ ਦਾਨ, ਥਿਰ ਕਰ ਵੈ ਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਥਿਰ ਕਰ ਵੈ ਸੋ ਹਰ ਜਨ ਪਿਆਰੇ, ਸ਼ਰਨ ਪਰੇ ਪ੍ਰਭ ਅੰਤਰ ਜਾਮੀ, ਸ਼ਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕੜੀ ਪ੍ਰਭ ਸੁਆਮੀ, ਨਾਨਕ ਓਟ ਪਕੜੀ ਪ੍ਰਭ ਸੁਆਮੀ, ਥਿਰ ਕਰ ਵੈ ਸੋ ਹਰ ਜਨ ਪਿਆਰੇ, ਥਿਰ ਕਰ ਵੈ ਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਥਿਰ ਕਰ ਵੈ ਸੋ ਹਰ ਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸਵਾਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਗਾ ਅਤੇ ਪ੍ਰੇਰਨਾਦਾਇਕ ਵਿਚਾਰ ਸਾਡੇ ਗਿਆਨ ਨੂੰ ਵਧਾ ਸਕਦਾ ਹੈ। ਹੁਣ ਮੈਂ ਅੱਜ ਦੇ ਵਿਚਾਰ ਲਈ ਲਕਸ਼ਯ ਸੈਣੀ ਨੂੰ ਬੁਲਾਉਣਾ ਚਾਹੁੰਦੀ ਹਾਂ। ਲਕਸ਼ਯ ਸੈਣੀ, ਅੱਜ ਦਾ ਵਿਚਾਰ ਸੰਸਾਰ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ, ਜਿੰਨਾ ਜ਼ਿਆਦਾ ਨੂੰ ਦੂਜੇ ਨੂੰ ਦਿਖਾਵੇ ਉਨਾ ਹੀ ਉਹ ਇਸਨੂੰ ਵਾਪਸ ਪ੍ਰਤੀਬੰਧਿਤ ਕਰਨਗੇ। ਮੈਂ ਆਪਣਾ ਵਿਚਾਰ ਕਿੱਧਰ ਹੋਣਾ ਚਾਹੁੰਦਾ ਹਾਂ। ਸਤਿਕਾਰ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ, ਜਿੰਨਾ ਜ਼ਿਆਦਾ ਤੁਸੀਂ ਇਸ ਨੂੰ ਦੂਜਿਆਂ ਨੂੰ ਦਿਖਾਵੋਗੇ ਉਨਾ ਹੀ ਵਾਪਸ ਪ੍ਰਤੀਬੰਧਿਤ ਕਰਨਗੇ। ਧੰਨਵਾਦ। ਹਾਂਜੀ, ਮੈਂ ਲਕਸ਼ਯ ਦੇ ਵਿਚਾਰ ਨਾਲ ਬਿਲਕੁਲ ਸਹਿਮਤ ਹਾਂ। ਸਤਿਕਾਰ ਇੱਕ ਸ਼ੀਸ਼ੇ ਵਾਂਗ ਹੈ, ਤੁਸੀਂ ਜਿੰਨਾ ਜ਼ਿਆਦਾ ਇਸ ਨੂੰ ਦੂਜਿਆਂ ਨੂੰ ਦਿਖਾਓਗੇ ਉਹਨਾਂ ਹੀ
इस इसनु वापस प्रतिबिंबित पाओगे। सानू हमेशा सारे का सत्कार करना चाहिए है क्योंकि जी कहोगे अति फिर अगो भी जी कहोगे। जे असी किसी नु सत्कार देंगे तो ही अगला बंदा साडा सत्कार करेगा क्योंकि अजोका समा ही अजिहा है जी कहना अते जी कहाना। अज का मुख मुद्दा है माली दा नाराज, इसका भाव है हथियारबंद फौज दी। हुण मैं अज दे मुद्दे ते अपने विचार रखने लई रिधिमा नू बुलाना चाहुंदी हां। वाहेगुरु जी का खालसा वाहेगुरु जी की फतेह। मेरा अज दा विचार है माली दा नाराज। 20 जनवरी नू माली विच हथियार बंद सेना दिवस है। मलयान फौजी फौज दी स्थापना 10 अक्टूबर 1960 पुलिस शामिल है। फोर्स दियां सारियां इकाइयां हथियारबंद सेनावां दे मंत्री द्वारा नियंत्रित कीतियां जांदियां हन। अज कल माली केंद्री अते पश्चिमी अफ्रीका विच शांति रक्षा विच इक महत्वपूर्ण अते सरगर्म योगदान पाउण वाला है। धन्यवाद। हर रोज अपने ज्ञान विच वाधा ते देश विदेश की जानकारी रखना चंगी आदत है। सानू हमेशा किस्म की आदत पानी चाहिए है। तो मुख्य खबर पेश करने लई मैं जतिश पठान बुलाना चाहती हाँ। पेश हैं अज दियां मुख्य खबर। गणतंत्र दिवस परेड दी रहरसन च जवाना दा जोश दिखाई दिता। आईबी अलर्ट 26 जनवरी इंडिया गेट अते लाल किला अतवादी हमले दा खदशा। मनप्रीत बादल वालों व्यापारियों नाल मुलाकात। चोणा लई मंगिया सहयोग। पंजाब विधान सभा चोणा मद्देनजर 91% तो ज्यादा लाइसेंसी हथियार जमा करवाए गए। धन्यवाद जतिश। सब समय है ज्ञान विच वादा करन मैं मानू दे आम ज्ञान दे प्रश्न पूछने लई बुलाना चाहती हां। वाहेगुरु जी का खालसा वाहेगुरु जी की फतेह। मेरा अज दा पहला प्रश्न है हथियारबंद सेना दिवस कदों मनाया जांदा है। 20 जनवरी नूं। हाँ सही उत्तर है 20 जनवरी नूं। मेरा अज दा दूसरा प्रश्न है हथियारबंद सेना दिवस दी स्थापना कदों हुई। 10 अक्टूबर 1960। हाँ 10 अक्टूबर 1960 नू। मेरा अज का तीजा प्रश्न है पंजाब का सब तो वड्डा रेलवे स्टेशन केड़ा है। अमृतसर। सही उत्तर है अमृतसर। मेरा अज का चौथा प्रश्न है पंजाब का सब तो प्रदूषित शहर केड़ा है। लुधियाना। हाँ सही उत्तर। मेरा अज का पंजवा प्रश्न है पंजाब का राज पंछी केड़ा है। बाज। हाँ सही उत्तर है बाज। वाहेगुरु जी का खालसा वाहेगुरु जी की फतेह। धन्यवाद मानवी। हुण समय है प्रतिज्ञा दा। प्रतिज्ञा लई मैं सुखमीत सिंह नूं बुलाउणा चाहुंदी हां। मैं अपने देश नूं प्यार करदा हां। मैनूं अपने देश दे सभ्याचार ते माण है। मैं हमेशा इस दे योग रहने की कोशिश करांगा।
मैं अपने माँ प्यो वड्या दा आदर करांगा मान सम्मान वाला व्यवहार करांगा मान सम्मान वाला व्यवहार करांगा मैं अपने देश अपने ਧੰਨਵਾਦ ਸੁਖਮੀਰ ਜਿੱਤ ਅਤੇ ਹਾਰ ਤੁਹਾਡੀ ਸੋਚ ਤੇ ਨਿਰਭਰ ਕਰੇਗੀ ਮੰਨ ਲਓ ਤਾਂ ਹਾਰ ਹੋਵੇਗੀ ਪੱਕਾ ਇਰਾਦਾ ਕਰ ਲਓ ਤਾਂ ਜਿੱਤ ਹੋਵੇਗੀ ਸੋ ਹੁਣ ਮੈਂ ਸਵੇਰ ਦੀ ਸਭਾ ਦੀ ਸਮਾਪਤੀ ਕਰ ਰਹੀ ਹਾਂ ਮੈਨੂੰ ਉਮੀਦ ਹੈ ਕਿ ਤੁਸੀਂ ਸਵੇਰ ਦੀ ਸਭਾ ਦਾ ਭਰਪੂਰ ਆਨੰਦ ਮਾਣਿਆ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ